ਸੋ ਬਿਊਟੀਫੁਲ ਅੱਜ ਦਾ ਵੈਦਰ ਤਾਂ ਬਹੁਤ ਹੀ ਪਿਆਰਾ ਹੈ ਨਾ ਅੱਜ, ਸ਼ੁਕਰੀਆ ਸ਼ੁਕਰ। ਸੋ ਲਓ ਜੀ ਬਰਡ ਜੀ, ਸੜਕ 'ਚ ਨਾ ਜਾਵੇ ਭਰਾਵਾ, ਇਟ ਇਜ਼ ਟੂ ਡੇਂਜਰਸ। ਮੈਂ ਕਿਹਾ ਪਹਿਲੇ ਅਸੀਂ ਯੂਜ਼ ਕਰਦੇ ਹਾਂ ਪੰਜਾਬੀ ਸ਼ੱਕਰ। ਮੈਂ ਫਟਾਫਟ ਘਰ ਦਾ ਕੰਮ ਨਿਬੇੜ ਲਿਆ, ਕੱਪੜੇ ਵੀ ਲਾ ਦਿੱਤੇ ਆ ਮਸ਼ੀਨ 'ਚ, ਬਾਕੀ ਸਾਰਾ ਠਾਈਡ ਅਪ ਸਵੇਰੇ ਕਰ ਗਈ ਸੀ। ਸਰ ਤੇ ਕਹਿੰਦਾ ਹੋ ਲੈਣਾ, ਮੈਂ ਕਿਹਾ ਨਹੀਂ, ਤੇ ਬਹੁਤ ਫਨ ਫਨ ਕਰਨ ਡਿਆ। ਸੋ ਬਸ ਇਨਫ ਇਜ਼ ਇਨਫ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਲਓ ਜੀ ਗਾਇਸ, ਇੱਧਰ ਦਾ ਵਿਊ ਤੁਹਾਨੂੰ ਦਿਖਾਉਂਦੇ ਆ ਅੱਜ, ਤੇ ਮੈਂ ਕਿਹਾ ਚਲੋ ਸਵੇਰੇ ਸਵੇਰੇ। ਵਾਓ ਸੋ ਬਿਊਟੀਫੁਲ, ਦੇਖ ਸਕਦੇ ਹੋ ਗੱਡੀਆਂ ਕਾਰਾਂ ਮੋਟਰਾਂ ਹੈ ਮਜ਼ੇ ਨਾਲ ਚੱਲਣ ਦੀਆਂ। ਮੋਰਨਿੰਗ ਟਾਈਮ ਮੋਰਨਿੰਗ ਵਲੋਗ ਵਿੱਚ ਬਹੁਤ ਹੀ ਚੰਗਾ ਲੱਗਦਾ ਮੈਨੂੰ ਬਣਾਉਣਾ। ਸੋ ਸਵੇਰ ਦੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਥੋੜ੍ਹੇ ਥੋੜ੍ਹੇ ਕਲਿੱਪ ਐਡ ਕਰਕੇ ਤੁਹਾਨੂੰ ਦਿਖਾਉਂਦੀ ਰਹਿੰਦੀ ਹਾਂ। ਸੋ ਇਹ ਹੈਗਾ ਸਾਡਾ ਅੱਜ ਦਾ ਵਿਊ ਐਕਚੁਲੀ, ਸੋ ਬਿਊਟੀਫੁਲ ਵਿਊ ਹੈ। ਚੱਲਦੇ ਹਾਂ ਬੱਚਿਆਂ ਨੂੰ ਸਕੂਲ ਡਰੋਪ ਕਰਨ, ਅਤੇ ਤੁਸੀਂ ਵੀ ਦੇਖ ਲਓ ਬੱਸਾਂ ਗੱਡੀਆਂ ਚੱਲ ਪਈਆਂ। ਚਲੋ ਜੀ ਪਹੁੰਚਦੇ ਹਾਂ ਅਸੀਂ ਬਾਹਰ ਨੂੰ। ਸੋ ਮਿਲਦੇ ਆ ਗਾਇਸ ਤੁਹਾਨੂੰ। ਗੁੱਡ ਮੋਰਨਿੰਗ ਗਾਇਸ। ਸੋ ਗਾਇਸ ਕੀ ਹਾਲ ਚਾਲ, ਸਾਰਿਆਂ ਦਾ ਠੀਕ ਠਾਕ, ਵਾਹਿਗੁਰੂ ਜੀ ਦੀ ਕਿਰਪਾ, ਸਾਰੇ ਚੜ੍ਹਦੀ ਕਲਾ, ਮੈਂ ਵੀ ਚੜ੍ਹਦੀ ਕਲਾ ਵਿੱਚ ਹਾਂ। ਸੋ ਡੇਲੀ ਰੂਟੀਨ ਵਿੱਚ ਤੁਹਾਡਾ ਸਵਾਗਤ ਹੈ। ਆਹ ਦੇਖ ਲਓ ਅੱਜ ਦਾ ਲਈ ਸਫਾਈ ਪਹਿਲੇ ਹੋ ਚੁੱਕੀ ਆ। ਓ ਮਾਈ ਗੋਡ, ਸੋ ਮੈਂ ਪਹਿਲੇ ਸਾਰਾ ਕੁਛ ਠਾਡੇ ਪਾ ਲਿਆ, ਬਟ ਇੱਕ ਚੀਜ਼ ਰਹਿ ਚੁੱਕੀ ਆ ਵੇਖ ਲਓ। ਸੋ ਇਹ ਰਾਤ ਦਾ ਨਾ ਮਿਲਕ ਵਾਲਾ ਇੱਥੇ ਕੱਪ ਰਹਿ ਗਿਆ ਸੀ, ਸੋ ਇਹਨੂੰ ਰੱਖ ਦਿੰਦੀ ਹਾਂ ਕਿਚਨ 'ਤੇ। ਸੋ ਕਿਚਨ 'ਚ ਹਲੇ ਹੈਗਾ ਹਨੇਰਾ ਬਿਕੋਜ਼ ਹਜੇ ਮੋਰਨਿੰਗ ਆ, ਇਸ ਕਰਕੇ। ਸੋ ਲਓ ਜੀ ਗਾਇਸ, ਬੱਚਿਆਂ ਨੂੰ ਥੋੜ੍ਹਾ ਬਹੁਤਾ ਬ੍ਰੇਕਫਾਸਟ ਕਰਾਇਆ ਭਾਂਡੇ ਨਾਲੋਂ ਨਾਲ ਵੋਸ਼ ਕਰਕੇ ਰੱਖ ਲਏ ਸੀ। ਸੋ ਰਾਤ ਮੋਰਨਿੰਗ ਦਾ ਟਾਈਮ ਆ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਡਾਰਕ ਆ ਜੇ, ਅਤੇ ਬਸ ਚੱਲੇ ਆ ਸਕੂਲ। ਗਾਇਸ ਵੈਲਕਮ ਬੈਕ ਟੂ ਮਾਈ ਚੈਨਲ, ਆਈ ਹੋਪ ਐਵਰੀਵਨ ਇਜ਼ ਓਕੇ। ਸੋ ਗਾਇਸ ਕੀ ਹਾਲ ਚਾਲ, ਸਾਰਿਆਂ ਦਾ ਠੀਕ ਠਾਕ, ਵਾਹਿਗੁਰੂ ਜੀ ਦੀ ਕਿਰਪਾ, ਸਾਰੀ ਚੜ੍ਹਦੀ ਕਲਾ, ਐਂਡ ਮੈਂ ਵੀ ਚੜ੍ਹਦੀ ਕਲਾ ਵਿੱਚ ਆ। ਸੋ ਲਓ ਜੀ ਗਾਇਸ, ਡੇਲੀ ਰੂਟੀਨ, ਡੇਲੀ ਵਲੋਗ ਐਂਡ ਹੋਰ ਪੰਜਾਬੀ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਅਤੇ ਨਿੱਘਾ ਸਵਾਗਤ ਗਾਇਸ। ਸੋ ਲਓ ਜੀ, ਸਵੇਰ ਦੀ ਸ਼ੁਰੂਆਤ ਇਸ ਪ੍ਰਕਾਰ ਹੋ ਚੁੱਕੀ ਆ, ਐਂਡ ਠੰਡ ਦਾ ਹੋ ਗਿਆ ਅਗੋਜ਼ ਮੈਨ, ਠੰਡ ਦੀ ਹੋ ਗਈ ਸ਼ੁਰੂਆਤ। ਅਤੇ ਲਓ ਜੀ ਪਾ ਲਿਆ ਗਰਮ ਗਰਮ ਕੋਟ ਮੋਟਾ ਮੋਟਾ ਵਾਲਾ, ਅਤੇ ਫੁੱਲੇ ਫੁੱਲੇ ਮੋਟੇ ਮੋਟੇ ਬਣ ਗਏ ਆ ਬਿਕਾਜ਼ ਠੰਡ ਹੋ ਗਈ ਆ। ਠੰਡ ਦੀਆਂ ਅੱਜ ਤੋਂ ਤਿਆਰੀਆਂ ਸ਼ੁਰੂ, ਅਤੇ ਮੋਟੇ ਕੱਪੜੇ ਕੱਢ ਲਏ ਆ, ਬੱਚਿਆਂ ਨੂੰ ਵੀ ਥੱਲਿਓ ਮੋਟੇ ਕੱਪੜੇ ਪਵਾ ਦਿੱਤੇ ਆ, ਬਿਕੋਜ਼ ਜਦੋਂ ਅਸੀਂ ਜਾਂਦੇ ਹਾਂ ਨਾ ਸਵੇਰੇ ਸਵੇਰੇ ਬੱਸ ਅਤੇ ਟ੍ਰੇਨ 'ਤੇ ਬਹੁਤ ਹੀ ਹਵਾ ਪੈਂਦੀ ਆ। ਸੋ ਮੈਂ ਕਿਹਾ ਚਲੋ ਜੀ ਪਾਉਂਦੇ ਹਾਂ ਗਰਮ ਕੱਪੜੇ, ਕੱਢਦੇ ਹਾਂ ਗਰਮ ਗਰਮ ਕੋਟ। ਸੋ ਲਓ ਜੀ ਗਰਮ ਕੋਟ ਕੱਢ ਚੁੱਕੇ ਹਾਂ, ਸੋ ਚੱਲਦੇ ਹਾਂ ਬੱਚਿਆਂ ਨੂੰ ਡਰੋਪ ਕਰਦੇ ਹਾਂ, ਮਿਲਦੇ ਹਾਂ ਤੁਹਾਨੂੰ ਰਸਤੇ ਵਿੱਚ, ਦਿਖਾਉਂਦੇ ਹਾਂ ਅੱਗੋਂ ਦਾ ਡੇਲੀ ਰੂਟੀਨ ਕਰਦੇ ਹਾਂ ਸ਼ੇਅਰ। ਮਾਈ ਗਾਇਸ ਗੁੱਡ ਬੋਏ ਛੂ ਫਤਿਹ ਸਿੰਘ ਐਂਡ ਤੇ ਗਰੁੱਪ ਗੋਵਿੰਗ ਸਕੂਲ। ਸੋ ਗਾਇਸ ਫਾਈਨਲੀ ਬੱਚੇ ਚੱਲੇ ਆ ਸਕੂਲ, ਅਤੇ ਇਹਨਾਂ ਨੂੰ ਕਰਦੇ ਆ ਸਕੂਲੇ ਡਰੋਪ। ਚਲੋ ਜੀ ਗਾਇਸ, ਬੱਚੇ ਚੱਲਦੇ ਆ ਮੇਰੇ ਪਿਆਰੇ ਪਿਆਰੇ ਸਕੂਲ 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 ਸਕੂਲ। ਸੋ ਵਾਓ ਸੋ ਬਿਊਟੀਫੁਲ, ਅੱਜ ਦਾ ਵੈਦਰ ਤਾਂ ਬਹੁਤ ਹੀ ਪਿਆਰਾ ਹੈ ਨਾ ਅੱਜ, ਸ਼ੁਕਰੀਆ ਸ਼ੁਕਰ। ਸੋ ਲਓ ਜੀ ਬਰਡ ਜੀ, ਸੜਕ 'ਚ ਨਾ ਜਾਵੇ ਭਰਾਵਾ, ਇਟ ਇਜ਼ ਟੂ ਡੇਂਜਰਸ। ਸੋ ਫਾਸਟ ਫਾਸਟ ਫਾਸਟ, ਓ ਮਾਈ ਗੋਡ ਸੋ ਬਿਊਟੀਫੁਲ, ਆਈ ਥਿੰਕ ਲਿਟਲ ਹਜੇ ਬਣਦੇ, ਲੁੱਕ ਦੈਟ ਬਰਡ ਮੈਨ। ਸਵੇਰੇ ਸਵੇਰੇ, ਸੋ ਲੈਟਸ ਗੋ, ਬਸ ਆਉਣ ਲੱਗੀ ਜੀ, ਹਰੀ ਅਪ, ਉਹ ਆ ਗਈ ਜੀ ਦੂਰ, ਕਮ ਔਨ, ਯੇ ਲੁੱਕ ਦੈਟ ਮੈਨ।
ਲੋ ਜੀ ਗਾਇਸ ਪਹੁੰਚ ਚੁੱਕੇ ਹਾਂ ਸਕੂਲ ਦੇ ਕੋਲ ਹੀ, ਬਸ ਇਹਨਾਂ ਨੂੰ ਕਰਦੇ ਹਾਂ ਡਰੋਪ। ਸੋ ਲੋ ਜੀ ਗਾਇਸ ਫਾਈਨਲੀ ਬੱਚਿਆਂ ਨੂੰ ਕਰ ਦਿੱਤਾ ਡਰੋਪ, ਅਤੇ ਮੈਂ ਨਾ ਬਸ ਸਟੋਪ 'ਤੇ ਵੇਟ ਕਰਨ ਦੀ ਹਾਂ ਬੱਸ ਦੀ, ਅਤੇ ਆਹ ਹਾਈਵੇ ਆ ਇੰਨੀ ਫਾਸਟ ਫਾਸਟ ਗੱਡੀਆਂ ਚੱਲਣ ਦੀਆਂ, ਕਹਿਣ ਦੀ ਗੱਲ ਨਹੀਂ। ਸੋ ਲੋ ਜੀ ਗਾਇਸ ਫਾਈਨਲੀ ਪਹੁੰਚੀ ਹਾਂ ਘਰ। ਘਰ ਆਣ ਕੇ ਫਟਾਫਟ ਮੇਥੀ ਚੁੱਗੀ ਹੈ ਅਤੇ ਵੋਸ਼ ਕੀਤੀ ਹੈ ਅਤੇ ਇਹਨੂੰ ਬਣਾਉਣ ਲੱਗੀ ਹਾਂ ਮੇਥੀ ਨੂੰ। ਸੋ ਲਓ ਜੀ ਨਾਲ ਲਏ ਆ ਦੋ ਆਲੂ ਅਤੇ ਦੋ ਤਿੰਨ ਮਿਰਚਾਂ ਅਤੇ ਅੱਧਾ ਅਨੀਅਨ ਅੱਧਾ ਲਊਂਗੀ, ਅੱਧਾ ਮੈਂ ਪਾ ਲੂੰਗੀ ਰਾਜਮਾ ਵਿੱਚ, ਐਕਚੁਅਲੀ ਦਾਲ ਵਿੱਚ, ਸੋਰੀ, ਰਾਜਮਾ ਤਾਂ ਕੱਲ੍ਹ ਬਣਾਈ ਸੀ। ਸੋ ਚਲੋ ਸਟਾਰਟ ਕਰਦੇ ਹਾਂ ਮੇਥੀ ਬਣਾਉਣੀ, ਅਤੇ ਬਣਾ ਕੇ ਗਾਇਸ ਤੁਹਾਨੂੰ ਮਿਲਦੇ ਹਾਂ ਗਾਇਸ। ਸੋ ਲਓ ਜੀ ਗਾਇਸ ਇੱਧਰ ਮੇਰੀ ਮੇਥੀ ਬਣ ਕੇ ਹੋ ਗਈ ਹੈ ਤਿਆਰ, ਯੰਮੀ ਯੰਮੀ, ਜਿੰਨੇ ਖਾਣੀ ਆ ਫਟਾਫਟ ਖਾ ਲਓ। ਸੋ ਮੈਂ ਕਿਹਾ ਬੱਚੇ ਨੂੰ ਲੈਣ ਜਾਣ ਤੋਂ ਪਹਿਲੇ ਬਣਾ ਕੇ ਹੀ ਜਾਂਦੀ ਹਾਂ। ਸੋ ਨਾਲ ਅਤੇ ਨਾਲ ਥੋੜ੍ਹੀ ਜਿਹੀ ਨਾ ਮੈਂ ਧਰ ਲਈ ਆ ਇੱਧਰ ਨੂੰ ਦਾਲ, ਮੈਂ ਕਿਹਾ ਚੱਲ ਦਾਲ ਵੀ ਹੋਣ ਦਈ ਆ, ਰਿੱਝਣ ਦਈ ਆ। ਸੋ ਮੈਂ ਨਾ ਗੈਸ ਕਰ ਦਿੱਤਾ ਲਾਈਟ, ਮੈਂ ਕਿਹਾ ਹੋ ਜੂਗੀ, ਉਹਨੂੰ ਚ ਪੀ ਲੈਂਦੇ ਹਾਂ ਕੱਪ ਆਫ ਟੀ। ਸੋ ਲਓ ਜੀ ਗਾਇਸ ਇੱਥੇ ਮੇਰੀ ਨਾ ਟੀ ਬਣਦੀ ਪਈ ਆ। ਸੋ ਮੈਂ ਕਿਹਾ ਪਹਿਲੇ ਅਸੀਂ ਯੂਜ਼ ਕਰਦੇ ਹਾਂ ਪੰਜਾਬੀ ਸ਼ੱਕਰ। ਸੋ ਇੱਕ ਮੈਂ ਸਪੂਨ ਲੈ ਲਿਆ ਇਹਦੇ ਵਿੱਚ ਪੰਜਾਬੀ ਸ਼ੱਕਰ ਦਾ, ਐਕਚੁਲੀ ਇੱਕ ਤੋਂ ਥੋੜ੍ਹਾ ਘੱਟ ਹੀ ਆ। ਸੋ ਇਹਨੂੰ ਵੀ ਨਾਲ ਇੱਕ ਟੀ ਬੈਗ ਪਾ ਲਿਆ। ਲਓ ਜੀ, ਸੋ ਇੱਧਰ ਮੇਰੀ ਕੇਟਲੀ ਦਾ ਵੀ ਪਾਣੀ ਹੋ ਗਿਆ ਗਰਮ, ਅਤੇ ਇਹਨੂੰ ਕੱਢ ਦਿੰਦੀ ਹਾਂ ਬਾਹਰ। ਤੁਸੀਂ ਕਹਿਣਾ ਕਿਧਰੇ ਇਹਨੇ ਜ਼ਿਆਦਾ ਤਾਂ ਨਹੀਂ ਲਿਆ, ਐਕਚੁਲੀ ਮੈਂ ਬਹੁਤ ਹੀ ਘੱਟ ਮਿੱਠਾ ਯੂਜ਼ ਕਰਦੀ ਹਾਂ, ਬਸ ਥੋੜ੍ਹਾ ਜਿਹਾ ਤੁਸੀਂ ਦੇਖ ਸਕਦੇ ਹੋ। ਸੋ ਇਹਨੂੰ ਵੀ ਰੱਖ ਦਿੰਦੇ ਹਾਂ ਪਹਿਲੇ। ਚਲੋ ਜੀ ਭਾਅ ਜੀ ਜਾਓ ਆਪਣੀ ਜਗ੍ਹਾ 'ਤੇ। ਸੋ ਲਓ ਜੀ ਗਾਇਸ ਉੱਧਰ ਨਾ ਮਸ਼ੀਨ ਚੱਲਣ ਦੇ ਨਾਲ ਥੋੜ੍ਹਾ ਖੜਕਾ ਹੋਣ ਦਿਆ, ਅਤੇ ਇੱਧਰ ਮੇਰੀ ਬਣਦੀ ਪਈ ਗਰਮਾ ਗਰਮ ਟੀ। ਸੋ ਅੱਜ ਮੈਂ ਟੀ ਦੀ ਰੈਸਪੀ ਸ਼ੇਅਰ ਕੀਤੀ ਕਿ ਅਸੀਂ ਟੀ ਕਿੱਦਾਂ ਪੀਂਦੇ ਹਾਂ। ਸੋ ਅਸੀਂ ਸਿਰਫ ਪਹਿਲੇ ਗਰਮ ਪਾਣੀ ਇੰਗਲਿਸ਼ ਟੀ ਬਣਾਉਂਦੇ ਹਾਂ। ਸੋ ਲਓ ਜੀ ਇਹਦੇ ਵਿੱਚ ਨਾਲ ਹੀ ਐਡ ਕਰ ਦੇਣਾ ਮਿਲਕ, ਦੈਟਸ ਇਟ। ਸੋ ਇਹਨੂੰ ਕਰ ਲੈਣਾ ਮਿਕਸ ਅਤੇ ਛੱਕ ਲਓ, ਚਾਹ ਬਣ ਗਈ, ਈਜ਼ੀ ਐਂਡ ਪੀਜ਼ੀ। ਸੋ ਈਜ਼ੀ ਰੈਸਪੀ ਚਾਹ ਦੀ। ਸੋ ਬਸ ਇਹਨੂੰ ਮਿਕਸ ਕਰ ਦਿਓ ਪ੍ਰੋਪਰਲੀ, ਅਤੇ ਟੀ ਬਣ ਗਈ। ਸੋ ਨਾ ਆਹ ਜਿਹੜਾ ਟੀ ਬੈਗ ਹੈ ਨਾ 5 ਮਿੰਟ ਵਾਸਤੇ ਵਿੱਚ ਰਹਿਣ ਦਿਆ ਕਰੋ, ਅਤੇ ਥੋੜ੍ਹੀ ਗਾੜੀ ਹੋ ਜਾਂਦੀ ਜਦੋਂ ਵੇਖਾ ਚੁੱਕਦੀ ਹਾਂ ਅਤੇ ਥੱਲੇ ਟੀ ਡਿੱਗਦੀ ਹੈ ਨਾ। ਸੋ ਇਹਨੂੰ ਗਾੜੀ ਕਰਨ ਵਾਸਤੇ ਇਹਨੂੰ ਮੈਂ ਰੱਖ ਦਿੰਦੀ ਹਾਂ ਵਿੱਚ, ਇਹ ਗਾੜੀ ਹੋ ਜਾਣੀ ਹੈ ਅਤੇ ਪੀਣ ਦੇ ਯੋਗ ਹੋ ਜਾਣੀ ਹੈ। ਐਕਚੁਲੀ ਹੁਣ ਵੀ ਪੀਣ ਦੇ ਯੋਗ ਆ, ਬਟ ਹਲੇ ਗਾੜੀ ਨਹੀਂ ਹੋਈ, ਥੋੜ੍ਹੀ ਗਾੜੀ ਹੋ ਜੂਗੀ ਅਤੇ ਫਿਰ ਪੀਂਦੀ ਹਾਂ ਗਾਇਸ, ਕਰਦੇ ਹਾਂ ਇੰਜੋਏ। ਸੋ ਜੀ ਗਾਇਸ ਮੈਂ ਫਟਾਫਟ ਘਰ ਦਾ ਕੰਮ ਨਿਬੇੜ ਲਿਆ, ਕੱਪੜੇ ਵੀ ਲਾ ਦਿੱਤੇ ਆ ਮਸ਼ੀਨ 'ਚ, ਬਾਕੀ ਸਾਰੇ ਠਾਈਡੇ ਸਵੇਰੇ ਕਰ ਗਈ ਸੀ। ਫੋ ਆਣ ਕੇ ਥੋੜ੍ਹੀ ਬਹੁਤੀ ਜਿਹੜੀ ਕੁਕਿੰਗ ਰਹਿ ਗਈ ਸੀ, ਮੈਂ ਕਿਹਾ ਚੱਲ ਕਰ ਲੈਣੀ। ਐਕਚੁਲੀ ਦਾਲ ਬਣਾ ਕੇ ਅਤੇ ਮੈਂ ਲਾਤੀ ਤੜਕਾ, ਅਤੇ ਅੱਜ ਮੇਥੀ ਆ ਅਤੇ ਮੇਥੀ ਦੀ ਸਬਜ਼ੀ ਵੀ ਬਣ ਚੁੱਕੀ ਆ, ਆਣ ਬਣਾ ਦਿੱਤੀ ਆ। ਮੈਂ ਕਿਹਾ ਰੈਸਪੀ ਤਾਂ ਕਿੰਨੀ ਵਾਰ ਸ਼ੇਅਰ ਕੀਤੀ ਆ। ਸੋ ਮੇਰੀ ਨਾ ਚਾਹ ਰਹਿ ਗਈ ਸੀ ਮੇਨ ਥਿੰਗ, ਜਿਹਨੂੰ ਚਾਹ ਦੇ ਬਗੈਰ ਮੇਰਾ ਕੋਈ ਗੁਜ਼ਾਰਾ ਨਹੀਂ, ਜਿਹਨਾਂ ਦਾ ਆਈ ਲਵ ਟੀ ਗਾਇਸ। ਹਾਏ ਮੈਂ ਇੰਨੀ ਚਾਹ ਪੀਂਦੀ ਹਾਂ, ਨਹੀਂ 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 ਐਕਚੁਲੀ ਸਿਰਫ ਇੱਕ ਕੱਪ, ਜੇ ਜ਼ਿਆਦਾ ਠੰਡ ਹੋਵੇ ਜਾਂ ਸਿੱਕ ਹੋਵਾਂ ਫਿਰ 2 ਕੱਪ, ਅਦਰਵਾਈਜ਼ 1 ਕੱਪ ਤਾਂ ਡੈਫੀਨੇਟਲੀ ਦਿਨ ਵਿੱਚ ਮੈਨੂੰ ਚਾਹੀਦਾ ਨਾ। ਸੋ ਯਮੀ ਗਾਇਸ, ਮਿਲਦੀ ਹਾਂ ਬਾਅਦ ਵਿੱਚ, ਓਕੇ। ਬਸ ਬੱਚੇ ਨਾ ਹੋ ਗਿਆ ਟਾਈਮ, ਫਟਾਫਟ ਕੋਟ ਪਾਉਂਦੀ ਹਾਂ, ਰੈਡੀ ਹੁੰਦੀ ਹਾਂ ਅਤੇ ਨਿਕਲਦੀ ਹਾਂ, ਅਤੇ ਮਿਲਦੀ ਹਾਂ ਤੁਹਾਨੂੰ ਰਸਤੇ ਵਿੱਚ। ਸੋ ਲਓ ਜੀ ਗਾਇਸ ਬੱਚਿਆਂ ਨੂੰ ਕਰ ਲਿਆ ਪਿੱਕ, ਅਤੇ ਆਹ ਥੋੜ੍ਹੀ ਜਿਹੀ ਲੈਣੀ ਸੀ ਸ਼ੋਪਿੰਗ, ਮੈਂ ਕਿਹਾ ਚੱਲ ਨਾਲ ਹੀ ਅੱਜ ਸ਼ੋਪਿੰਗ ਵੀ ਲੈ ਲੈਂਦੇ ਹਾਂ। ਸੋ ਅਸੀਂ ਲੈਣੇ ਆ ਥੋੜ੍ਹਾ ਫਰੂਟ ਅਤੇ ਵੈਜੀਟੇਬਲਸ। ਸੋ ਇੱਥੋਂ ਲਈ ਅਸੀਂ ਗੋਭੀ, ਗੋਭੀ ਇੱਕਦਮ ਫਰੈਸ਼ ਫਰੈਸ਼ ਆ, ਅਤੇ ਮੈਂ ਕਿਹਾ ਚੱਲ ਗੋਭੀ ਲੈ ਲੈਂਦੇ ਹਾਂ, ਅਤੇ ਨਾਲ ਇੱਕ ਲਿਆ ਬਤਾਊਂ ਲਾਈਕ ਭੜਥਾ। ਸੋ ਭੜਥਾ ਵੀ ਲੈ ਲਿਆ, ਅਤੇ ਫਤਿਹ ਸਿੰਘ ਕਹਿੰਦਾ ਮੈਂ ਲੈਣਾ ਫਰੂਟ, ਅਤੇ ਮੈਂ ਕਿਹਾ ਚੱਲ ਭਰਾਵਾ ਤੂੰ ਫਰੂਟ ਲੈ ਲਾ। ਸੋ ਇਹਨੇ ਲਿਆ ਆਹ ਫਰੂਟ, ਅਤੇ ਹੋਰ ਵੀ ਲੱਭਣ ਦਿਆ ਖਾਣ ਪੀਣ ਦਾ ਸਮਾਨ, ਅਤੇ ਆਹ ਅਸੀਂ ਲੱਭਣ ਦਿਆ ਵੈਜੀਟੇਰੀਅਨ ਵੀਗਨ, ਅਤੇ ਜਿਹੜੇ ਵੈਜੀਟੇਰੀਅਨ ਆ ਉਹ ਲੈ ਲਏ, ਅਤੇ ਦੂਸਰੀਆਂ ਚੀਜ਼ਾਂ ਮੈਂ ਇਹਨਾਂ ਨੂੰ ਕਿਹਾ ਪੜ੍ਹ ਪੜ੍ਹ ਕੇ ਲਵੋ ਜੋ ਵੀ ਲੈਣਾ। ਸੋ ਅਤੇ ਗਰੁੱਪ 'ਤੇ ਪੜ੍ਹਨ ਦਿਆ ਫਤਿਹ ਸਿੰਘ, ਉਹੀ ਲੈਂਦਾ ਜੋ ਮੈਂ ਲੈਂਦੀ ਹਾਂ।
ਸੋ ਫਤਿਹ ਕਹਿੰਦਾ ਹੋ ਲੈਣਾ, ਮੈਂ ਕਿਹਾ ਨਹੀਂ, ਅਤੇ ਬਹੁਤ ਫਨ ਫਨ ਕਰਨ ਡਿਆ। ਸੋ ਬਸ ਇਨਫ ਇਜ਼ ਇਨਫ, ਹੁਣ ਲੈਟਸ ਗੋ ਅਤੇ ਟਿੱਲੇ 'ਤੇ ਚੱਲਦੇ ਹਾਂ। ਅਤੇ ਮੈਨੂੰ ਕਹਿੰਦੇ ਆਹ ਲੈਣਾ ਉਹ ਲੈਣਾ, ਮੈਂ ਕਿਹਾ ਭਰਾਵਾ ਚੱਲੋ ਹੁਣ ਬਸ ਕਰ ਜਾਓ। ਸੋ ਫਾਈਨਲੀ ਅਸੀਂ ਨਾ ਟਿੱਲੇ 'ਤੇ ਪਹੁੰਚੇ ਹਾਂ ਅਤੇ ਸਮਾਨ ਲੈ ਲਿਆ, ਅਤੇ ਇੱਥੇ ਕਰਨ ਲੱਗੇ ਆ ਬਿੱਲ। ਅਤੇ ਉੱਤੇ ਨਾ ਸਾਡੀ ਨਾ ਸ਼ੀਸ਼ੇ ਉੱਤੇ ਨਾ ਤੇਗਰੂਪ ਕਹਿੰਦਾ ਉੱਪਰ ਨੂੰ ਵੇਖ। ਸੋ ਉੱਪਰ ਨੂੰ ਵੇਖਿਆ ਤਾਂ ਕੈਮਰੇ ਵਿੱਚ ਸਾਡੀ ਫੋਟੋ ਆਉਂਦੀ ਆ। ਸੋ ਇੱਥੇ ਹੈਲੋ ਹਾਏ ਕੀਤਾ। ਸੋ ਲਓ ਜੀ ਗਾਈਸ, ਸਾਰਾ ਸਮਾਨ ਲੈ ਚੁੱਕੇ ਹਾਂ ਅਤੇ ਹੁਣ ਚੱਲਦੇ ਹਾਂ ਅਸੀਂ ਘਰ ਨੂੰ। ਅਤੇ ਬੱਚਿਆਂ ਨੂੰ ਕਿਹਾ ਪਾਓ ਬੈਗਾਂ 'ਚ। ਸੋ ਲਓ ਜੀ ਬੱਚੇ ਨੇ ਪਾ ਲਿਆ ਬੈਗਾਂ 'ਚ ਅਤੇ ਚੱਲਦੇ ਅਸੀਂ ਬਾਹਰ ਨੂੰ। ਸੋ ਇੱਥੇ ਆਏ ਹਾਂ ਅਤੇ ਬਾਹਰ ਅਸੀਂ ਆਏ ਅਤੇ ਫਤਿਹ ਸਿੰਘ ਕਹਿੰਦਾ ਮੰਮੀ ਉਹ ਵੇਖ ਕਿੱਡਾ ਵੱਡਾ ਟੀਵੀ। ਸੋ ਅਸੀਂ ਟੀਵੀ ਵੇਖਿਆ ਅਤੇ ਨਾਲ ਨਿੱਕਾ ਜਿਹਾ ਡੋਗ ਵੇਖਿਆ। ਫਿਰ ਅੱਗੇ ਨੂੰ ਗਏ ਅਤੇ ਅੱਗੇ ਫਿਰ ਮੈਂ ਕਿਹਾ ਚਲੋ ਹੁਣ ਚੱਲੀਏ ਭਰਾਵਾ ਘਰ ਨੂੰ, ਬਹੁਤ ਟਾਈਮ ਹੋ ਗਿਆ। ਅਤੇ ਅੱਗੇ ਨਾ ਡੋਰ ਇੱਕ ਘੁੰਮਣ ਦੀ ਆ ਅਤੇ ਫਤਿਹ ਮੈਨੂੰ ਕਹਿੰਦਾ ਉਹ ਵੇਖ ਮੰਮੀ ਡੋਰ ਘੁੰਮਣ ਦੀ। ਸੋ ਫਾਈਨਲੀ ਇੱਥੇ ਡੋਰ ਵੀ ਘੁੰਮਣ ਦੀ ਆ ਅਤੇ ਮੈਂ ਕਿਹਾ ਚਲੋ ਵੇ ਚਲੋ ਬਸ ਕਰ ਜਾਓ, ਆਮ ਸੋ ਟਾਇਰਡ। ਸੋ ਲਓ ਜੀ ਗਾਇਸ, ਬੱਚੇ ਆ ਚੁੱਕੇ ਆ ਸਕੂਲੋਂ ਅਤੇ ਬੱਚਿਆਂ ਨੂੰ ਵਾੜ ਦਿੱਤਾ ਬੈੱਡਾਂ 'ਚ ਅਤੇ ਡਿਨਰ ਵਗੈਰਾ ਉਹਨਾਂ ਨੂੰ ਕਰਵਾ ਦਿੱਤਾ ਸੀ। ਐਕਚੁਲੀ ਸਭ ਕੁਛ ਬਣਾ ਕੇ ਹੀ ਗਈ ਸੀ। ਸੋ ਫਾਈਨਲੀ ਨਾ ਇੱਥੇ ਉਹਨਾਂ ਨੇ ਨਾ ਯੂਨੀਫੋਰਮ ਲਾ ਦਿੱਤੀ ਕਿ ਅੱਜ ਲਾਸਟ ਦਿਨ ਸੀ ਸਕੂਲ ਅਤੇ ਫਰਾਈਡੇ, ਅਤੇ ਮੈਂ ਕਿਹਾ ਚੱਲ ਯੂਨੀਫੋਰਮਾਂ ਧੋ ਦਿੰਦੇ ਹਾਂ। ਆਹ ਵਾਈਟ ਹੈਗੇ ਆ ਬਾਹਰ ਵਿੱਚ ਧੋਨੇ ਹਾਂ ਅਤੇ ਪਹਿਲੇ ਕਲਰਫੁੱਲ ਵਾਲੀਆਂ। ਸੋ ਲੱਗੀ ਜੀ ਮਸ਼ੀਨ। ਸੋ ਗਾਈਸ, ਫਾਈਨਲੀ ਫਤਿਹ ਸਿੰਘ ਅਤੇ ਤੇਗ ਗਰੁੱਪ ਨੇ ਕੀਤਾ ਆਪਣਾ ਡਿਨਰ ਫਿਨਿਸ਼ ਅਤੇ ਕਹਿੰਦੇ ਪਏ ਮੰਮਾ ਸਾਨੂੰ ਤੇਰਾ ਡਿਜ਼ਰਟ। ਮੈਂ ਕਿਹਾ ਡਿਜ਼ਰਟ ਤਾਂ ਨਹੀਂ ਮਿਲਣਾ, ਫਰੂਟ ਮਿਲਣਾ। ਸੋ ਹੇ ਯੂ ਗੋ ਫਰੂਟ, ਵਨ ਫੋਰ ਤੇਗ, ਵਨ ਫੋਰ ਯੂ, ਓਨਲੀ ਹੋਲਡ ਫੋਰ ਯੂ ਵਨ। ਹੇ ਨੋ ਨੋ ਨੋ, ਡੋਂਟ ਡੂ ਦੈਟ। ਸੋ ਨਾ ਫਤਿਹ ਸਿੰਘ ਨੂੰ ਹੀ ਕਿ ਮੈਂ ਇਹਦਾ ਵੀ ਲੈ ਲਵਾਂ। ਸੋ ਮੈਂ ਕਿਹਾ ਵੰਡ ਕੇ ਖਾਈਏ ਅਤੇ ਖੰਡ ਖਾਈਏ, ਵੰਡ ਖਾਈਏ ਖੰਡ ਖਾਈਏ। ਹੇ ਯੂ ਗੋ ਤੇਗ ਗਰੁੱਪ, ਇਜ਼ ਲੇਜ਼ੀ ਬੋਏ। ਸੋ ਲਓ ਜੀ ਗਾਇਸ, ਇੱਥੇ ਸਾਡਾ ਬਣਦਾ ਪਿਆ ਗਰਮਾ ਗਰਮ ਡਿਨਰ, ਅਤੇ ਬਣਦੀਆਂ ਪਈਆਂ ਗਰਮਾ ਗਰਮ ਸਾਡੀਆਂ ਰੋਟੀਆਂ, ਅਤੇ ਦਾਲ ਵੀ ਮੇਰੀ ਨਾ ਬਣ ਚੁੱਕੀ ਆ, ਦਾਲ ਤੜਕਾ ਲਾ ਗਈ ਸੀ। ਸੋ ਦਾਲ ਕਰਦੀ ਪਈ ਆ ਗਰਮ, ਅਤੇ ਇੱਥੇ ਰੋਟੀਆਂ ਵੀ ਬਣ ਗਈਆਂ, ਅਤੇ ਮੇਥੀ ਨੂੰ ਮੈਂ ਨਾ ਅਵਨ 'ਚ ਗਰਮ ਕਰ ਲਿਆ ਸੀ ਮਾਈਕਰੋਵੇਵ ਵਿੱਚ ਐਕਚੁਲੀ। ਸੋ ਮੇਥੀ ਪਾਉਂਦੇ ਹਾਂ ਅਤੇ ਨਾਲੇ ਲਾਉਂਦੇ ਹਾਂ ਰੋਟੀ ਉੱਤੇ ਘਿਓ। ਸੋ ਲਓ ਜੀ ਗਾਇਸ, ਰੋਟੀ ਉੱਪਰ ਲਾ ਦਿੱਤਾ ਜੀ ਥੋੜ੍ਹਾ ਜਿਹਾ ਘਿਓ, ਅਤੇ ਮੇਥੀ ਵੀ ਪਾ ਦਿੱਤੀ ਆ ਨਾਲੋਂ ਨਾਲ। ਸੋ ਇੱਥੇ ਸਾਡੀ ਪਲੇਟ ਬਣ ਕੇ ਹੋ ਗਈ ਹੈ ਤਿਆਰ, ਅਤੇ ਇੱਥੇ ਹੁਣ ਕਰਦੇ ਹਾਂ ਡਿਨਰ ਵਗੈਰਾ ਇਹਨਾਂ ਨੂੰ ਕਰਵਾਉਂਦੇ ਹਾਂ। ਸੋ ਇੱਥੇ ਕਰਦੇ ਹਾਂ ਵਲੋਗ ਐਂਡ। ਜੇ ਤੁਹਾਨੂੰ ਸਾਡਾ ਵਲੋਗ ਚੰਗਾ ਲੱਗਾ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਮਿਲਾਂਗੇ ਇੱਕ ਨਵੇਂ ਅਤੇ ਵਧੀਆ ਵਲੋਗ ਨਾਲ। ਉੱਥੋਂ ਤੱਕ ਰੱਬ ਰਾਖਾ, ਹੈਵ ਅ ਨਾਈਸ ਡੇ, ਨਾਈਸ ਸਲੀਪ ਐਂਡ ਗੁੱਡ ਨਾਈਟ ਗਾਇਸ। ਬਾਏ ਬਾਏ ਗਾਇਸ, ਲੁੱਕ ਆਫਟਰ ਯੋਰ ਸੈਲਫ, ਯੂ ਐਂਡ ਯੋਰ ਫੈਮਿਲੀ। ਬਾਏ, ਸੀ ਯੂ ਟੁਮਾਰੋ।